जिस तरह तुहानू पता ही है कि अज कैबिनेट मीटिंग सी हुणे ही कैबिनेट खत्म हुई है। कैबिनेट दे विच मुख तौर ते अज जिहड़ियां तुहानू पता कि बड़ी वड्डी पंजाब दे विच कुदरत दी जिहड़ी कलोपी उहदे करके पंजाब दे किसानां दीआं फसलां दा बहुत ज़्यादा नुकसान होया। उहदे ते सीएम साहब ने असीं सारिआं ने चर्चा कीती पूरे पंजाब बारे सारिया चीज़ां नूं जिहड़ा उह देखिआ कि की कुछ हो रहा। सो एक जिहड़ा मैं तुहाडे राहीं पंजाब दे किसानां नूं दसणा चाहुंदा कि जो कुछ जदों मीह पिआ जो कुछ जिहड़ा सीएम साहब ने अनाउंस कीता सीगा असीं 13 तरीक नूं विसाखी तो एक दिन पहला 13 अप्रैल नूं सीएम साहब अबोर दे विच किसानां नूं जिहड़े मुआवजे दे चैक जिहड़े उह वंडणगे उत्थे असीं वड्डा फंक्शन करांगे। और इह वी पहली वार होऊगा कि खराब होईआं फसलां जिहड़ीआं उह अजे जमीन दे विच पैलीआं दे विच पईआं होणगीआं उहदे तों पहला मुआवजा जिहड़ा ਉਹ ਕਿਸਾਨਾਂ ਦੇ ਖਾਤੇ ਵਿੱਚ ਆਜੂਗਾ। ਔਰ ਹੋਰ ਵੀ ਬਹੁਤ ਗੱਲ ਮੈਂ ਜਿਹੜੀ ਤੁਹਾਨੂੰ ਦੱਸਣੀ ਚਾਹੁੰਦਾ ਕਿ ਜਦੋਂ ਸੀਐਮ ਸਾਹਿਬ ਉੱਥੇ ਜਾਣਗੇ ਉਦੋਂ ਚੈੱਕ ਜਿਹੜੇ ਕਿਸਾਨਾਂ ਦੇ ਖਾਤੇ 'ਚ ਪੈ ਗਏ ਹੋਣਗੇ। ਇਹ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਇੱਦਾਂ ਹੋ ਰਿਹਾ ਕਿ ਕਿਸਾਨਾਂ ਦੇ ਵਾਸਤੇ ਪੰਜਾਬ ਦੀ ਸਰਕਾਰ ਨੇ ਇੰਨਾ ਵੱਡਾ ਅਤੇ ਕਿਸਾਨਾਂ ਦੇ ਹਿੱਤਾਂ ਦਾ ਜਿਹੜਾ ਫੈਸਲਾ ਕੀਤਾ ਕਿਉਂਕਿ ਸੀਐਮ ਸਾਹਿਬ ਦਾ ਇਹ ਮੰਨਣਾ ਪਹਿਲੇ ਦਿਨ ਤੋਂ ਹੀ ਕਿ ਜ਼ਖਮ ਹੋਣੇ ਹੌਲੀ ਮਲਮ ਲਾਉਣ ਦਾ ਫਾਇਦਾ ਇਸ ਕਰਕੇ ਜ਼ਖਮ ਦੇ ਸਹੀ ਟਾਈਮ 'ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ 13 ਤਰੀਕ ਨੂੰ ਜਿਹੜੀ ਮਲਮ ਲਾਉਣਗੇ। ਔਰ ਜਿਉਂ ਜਿਉਂ ਜਿੰਨਾ ਵੀ ਰੋਜ਼ ਦਾ ਰੋਜ਼ ਮਤਲਬ ਜਿਉਂ ਜਿਉਂ ਮਤਲਬ ਗਰਦੌਦੀ ਦਾ ਰਿਕਾਰਡ ਆਈ ਜਾਊਗਾ ਅਤੇ ਅਸੀਂ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਸਭ ਮੰਤਰੀਆਂ ਦੀ ਸੀਐਮ ਸਾਹਿਬ ਨੇ ਡਿਊਟੀ ਲਾਈ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰੋਗਰਾਮ ਕਰਾਂਗੇ। ਔਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰੋਗਰਾਮ ਕਰਕੇ ਜਿਹੜੇ ਕਿਸਾਨਾਂ ਨੂੰ ਚੈੱਕ ਦੇਵਾਂਗੇ। ਦੂਜਾ ਸੀਐਮ ਸਾਹਿਬ ਨੇ ਅੱਜ ਤੁਸੀਂ ਪੜ੍ਹਿਆ ਹੋਣਾ ਕਿ ਕੱਲ੍ਹ ਉਹਨਾਂ ਨੇ ਪੰਜਾਬ ਦੇ ਵੱਡੇ ਅਫਸਰਾਂ ਦੀ ਡਿਊਟੀ ਲਾਈ ਕੇ ਜਿਹੜੀ ਗਰਦੌਦੀ ਹੈ ਇਹਦੀ ਨਿਗਰਾਨੀ ਕੀਤੀ ਜਾਵੇ ਇਹਦੇ 'ਚ ਜਲਦੀ ਕੀਤਾ ਜਾਵੇ ਰਹਿ ਨਾ ਜਾਵੇ। ਅੱਜ ਉਹਨਾਂ ਨੇ ਸਾਡੀ ਡਿਊਟੀ ਮੰਤਰੀਆਂ ਦੀ ਜਿਹੜੇ ਜਿਹੜੇ ਜ਼ਿਲ੍ਹੇ ਸਾਨੂੰ ਅਲਾਟ ਪਹਿਲਾਂ ਕੀਤੇ ਗਏ ਆ ਉਹਨਾਂ ਜ਼ਿਲ੍ਹਿਆਂ ਵਿੱਚ ਡਿਊਟੀ ਲਾਈ ਆ ਕਿ ਜਾ ਕੇ ਮੌਕੇ 'ਤੇ ਦੇਖ ਕੇ ਜਿਹੜਾ ਜਲਦੀ ਤੋਂ ਜਲਦੀ ਮਤਲਬ ਜਿਹੜੀ ਗਰਦੌਦੀ ਆ ਉਹ ਹੋਵੇ ਔਰ ਗਰਦੌਦੀ ਜਿਹੜੀ ਪਾਰਦਰਸ਼ਾ ਦੇ ਨਾਲ ਹੋਵੇ ਲੋਕਾਂ ਦੇ ਸਾਹਮਣੇ ਹੋਵੇ। ਗਰਦੌਦੀ ਇੱਦਾਂ ਨਹੀਂ ਹੈ ਕਿ ਪਟਵਾਰੀ ਅੰਦਰ ਬਹਿ ਕੇ ਕਰੇ ਜਾਂ ਮਤਲਬ ਉਹ ਕਿਸੇ ਇੱਕ ਬੰਦੇ ਦੇ ਘਰ ਬੈਠ ਕੇ ਕਰ ਲਏ। ਪਬਲਿਕ ਦੇ ਵਿੱਚ ਬੈਠ ਕੇ ਕਿਸਾਨਾਂ ਦੇ ਵਿੱਚ ਬੈਠ ਕੇ ਗਰਦੌਦੀ ਜਿਹੜੀ ਹੋਣੀ ਚਾਹੀਦੀ ਆ। ਸੋ ਸਾਨੂੰ ਲੱਗਦਾ ਕਿ 2-3 ਦਿਨ ਦੇ ਵਿੱਚ ਗਰਦੌਦੀ ਕੰਪਲੀਟ ਵੀ ਹੋ ਜੂਗੀ। ਹੋ ਸਕਦਾ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਲੱਗ ਜਾਵੇ ਇਸ ਕਰਕੇ ਲੱਗ ਜਾਵੇ ਕਿ ਕਈ ਪਟਵਾਰੀ ਸਾਡੇ ਇੱਦਾਂ ਦੇ ਆ ਜਿਨ੍ਹਾਂ ਕੋਲ 10 ਤੋਂ ਲੈ ਕੇ 15 ਪਿੰਡ ਦੇ 20 ਪਿੰਡ ਹੈ ਔਰ ਇੱਕ ਪਿੰਡ ਦੇ ਵਿੱਚ 300 ਏਕੜ ਖਰਾਬ ਆ 400 ਏਕੜ ਖਰਾਬ ਆ। ਕਈ ਪਿੰਡਾਂ ਦੇ ਵਿੱਚ ਮੈਂ ਕੱਲ੍ਹ ਗਿਆ ਗੁਰਦਾਸਪੁਰ ਦੇ ਵਿੱਚ 2800 ਏਕੜ ਖਰਾਬ ਹੈ। ਸੋ ਪਟਵਾਰੀਆਂ ਨੂੰ ਟਾਈਮ ਲੱਗਦਾ ਉਹ ਜਿਉਂ ਜਿਉਂ ਕਦੀ ਜਾਣਗੇ ਰਿਪੋਰਟ ਭੇਜੀ ਜਾਣਗੇ ਅਸੀਂ ਚੈੱਕ ਦੇਈ ਜਾਵਾਂਗੇ। ਪਰ ਮੈਨੂੰ ਲੱਗਦਾ ਕਿ ਅਪ੍ਰੈਲ ਤੱਕ ਅਪ੍ਰੈਲ ਮਹੀਨੇ ਦੇ ਵਿੱਚ ਵਿੱਚ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਡਨ ਜਿਹੜੀਆਂ ਉਹ ਕਰ ਦਿਆਂਗੇ। ਇੱਕ ਕੈਬਨਿਟ ਨੇ ਜਿਹੜਾ ਫੈਸਲਾ ਕੀਤਾ ਉਹ ਸੈਂਟਰ ਗੌਰਮੈਂਟ ਨੂੰ ਕੇਂਦਰ ਸਰਕਾਰ ਨੂੰ ਲਿਖਿਆ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਇਸ ਮੌਕੇ ਬਾਂਹ ਫੜਨ ਜਿੱਦਾਂ ਅਸੀਂ ਕਰ ਰਹੇ ਹਾਂ ਕੇਂਦਰ ਸਰਕਾਰ ਵੀ ਕਰੇ। ਖਰੀਦ ਦੇ ਵਿੱਚ ਕਣਕ ਦੀ ਖਰੀਦ ਦੇ ਵਿੱਚ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ ਕਿਉਂਕਿ ਕਈ ਥਾਵਾਂ 'ਤੇ ਦਾਣਾ ਜਿਹੜਾ ਪਤਲਾ ਪੈ ਗਿਆ ਕੁਝ ਥਾਵਾਂ 'ਤੇ ਦਾਣੇ ਦਾ ਰੰਗ ਵੀ ਬਦਲਿਆ। ਸੋ ਉਹ ਵੀ ਅਸੀਂ ਕੇਂਦਰ ਸਰਕਾਰ ਨੂੰ ਜਿਹੜਾ ਲਿਖਿਆ ਕੱਲ੍ਹ ਵੀ ਕੇਂਦਰ ਸਰਕਾਰ ਦੀਆਂ ਟੀਮਾਂ ਨੇ ਪੰਜਾਬ ਵਿੱਚ ਜਾ ਕੇ ਵੱਖ ਵੱਖ ਥਾਵਾਂ 'ਤੇ ਦਾਣੇ ਜਿਹੜੇ ਆ ਉਹਨਾਂ ਦਾ ਅਨਾਲਿਸਿਸ ਕੀਤਾ। ਅਸੀਂ ਵੀ ਉਹਨਾਂ ਨੂੰ ਲਿਖਿਆ ਕਿ ਕੀ ਜਿਹੜੀ ਪ੍ਰੋਬਲਮ ਹੈ ਇਹਨੂੰ ਜਿਹੜਾ ਸੋਲਵ ਜਿਹੜਾ ਉਹ ਕੀਤਾ ਜਾਵੇ। ਸੋ ਅੱਜ ਜਿਹੜਾ ਮਤਲਬ ਤੁਹਾਨੂੰ ਰਾਹੀਂ ਬਸ ਇਹੀ ਦੱਸਣਾ ਸੀਗਾ ਕਿ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਦੇ ਕਿਸਾਨਾਂ ਦੇ ਨਾਲ ਖੜ੍ਹੇ ਆ। ਇਸ ਸਰਕਾਰ ਜਿਹੜੀ
पंजाब की खेती को बचाना चाहती है। इस सरकार का मानना है कि 72% लोग सीधे या सीधे ढंग खेती के नाल जुड़े है। किसी भी हालत के भावें साढ़े बस नहीं, एक कुदरत कलोपियां आउंदियां रहिंदियां, कभी हड़ आ गया कभी कुछ हो गया, भावें बंदे दे बस नहीं है, पर साढ़े जो बस है सरकार है साढ़े बस है कि किसानों के नाल ढाल बन के खड़ीए। सो असी वो ढाल बन के पंजाब की सरकार जी खड़ी है और असी पंजाब के किसान किसी भी तरह डाउन नहीं होने देवे। पंजाब